ਕਨੈਕਟ ਐਫਐਮ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਮਨਪ੍ਰੀਤ ਰੰਦਾਵਾ ਲਾਲਚੰਦ ਕਟਾਰੂ ਚੱਕ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹੁਣ ਇੱਕ ਹੋਰ ਵਿਵਾਦ ਦੇ ਵਿੱਚ ਫਸ ਗਏ ਆ ਦਰਅਸਲ ਪਠਾਨਕੋਟ ਜ਼ਿਲ੍ਹੇ ਦੀ ਨਰੋਟ ਜੈਮਲ ਸਿੰਘ ਬਲਾਕ ਦੇ ਵਿੱਚ ਗੋਲਪਿੰਡ ਦੀ ਇੱਕ ਪੰਚਾਇਤ ਆ ਤੇ ਇਸ ਪੰਚਾਇਤ ਦੀ ਭਟੀਆਂ ਪਿੰਡ ਦੇ ਵਿੱਚ ਜ਼ਮੀਨ ਆ ਇਹ ਜ਼ਮੀਨ ਰਾਤੋਂ ਰਾਤ ਟਰਾਂਸਫਰ ਕਰ ਦਿੱਤੀ ਗਈ ਪਿਛਲੇ ਦਿਨਾਂ ਦੇ ਵਿੱਚ ਆਪਾਂ ਗੱਲ ਵੀ ਕੀਤੀ ਸੀ ਕਿ 100 ਏਕੜ ਜ਼ਮੀਨ ਟਰਾਂਸਫਰ ਕਰ ਦਿੱਤੀ ਗਈ ਔਰ ਇੱਕ ਅਫਸਰ ਨੂੰ ਖਾਸ ਤੌਰ ਤੇ ਇਸ ਕੰਮ ਉਤੇ ਲਾਇਆ ਗਿਆ ਬਲਕਿ ਉਹਦੇ ਵੀ ਰਾਤੋਂ ਰਾਤ ਪ੍ਰਮੋਸ਼ਨ ਕਰ ਦਿੱਤੇ ਗਈ ਤਰੱਕੀ ਕਰ ਦਿੱਤੀ ਗਈ ਤਾਂ ਕਿ ਉਹ ਇਹ ਜ਼ਮੀਨ ਕਿਸੇ ਨਿੱਜੀ ਹੱਥਾਂ ਦੇ ਵਿੱਚ ਟਰਾਂਸਫਰ ਕਰ ਸਕੇ ਇਸ ਨੂੰ ਤਬਦੀਲ ਕਰ ਸਕੇ ਕਿਉਂਕਿ ਅਗਲੇ ਦਿਨ ਉਸ ਨੇ ਰਿਟਾਇਰ ਹੋ ਜਾਣਾ ਸੀ ਤੇ ਹੁਣ ਪਤਾ ਲੱਗਾ ਕਿ ਉਸ ਅਫਸਰ ਨੂੰ ਜਿਹੜੀ ਤਰੱਕੀ ਦਿੱਤੀ ਗਈ ਸੀ ਉਹ ਇਸੇ ਲਾਲਚੰਦ ਕਟਾਰੂ ਚੱਕ ਦੇ ਕਹਿਣ ਤੇ ਦਿੱਤੀ ਗਈ ਸੀ ਇਸੇ ਮੰਤਰੀ ਦੇ ਕਹਿਣ ਤੇ ਦਿੱਤੀ ਗਈ ਸੀ ਇਹ ਸਾਰੀ ਕੀ ਘਟਨਾ ਜਾਂ ਇਹ ਸਾਰਾ ਵਾਕਿਆ ਕੀ ਹੈ ਇਸ ਨੂੰ ਤਫਸੀਲ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਅਸੀਂ ਗੱਲ ਕਰਾਂਗੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਹਰਿਆਣੇ ਦੀ ਸਰਕਾਰ ਨੂੰ ਤੇ ਗੜਗਾਉਂ ਦੇ ਵਿੱਚ ਇੱਕ ਖਾਸ ਭਾਈਚਾਰੇ ਉੱਤੇ ਇਹ ਇੱਕ ਖਾਸ ਤਬਕੇ ਉੱਤੇ ਬਲਕਿ ਜੇ ਇਹ ਕਹੀਏ ਕਿ ਮੁਸਲਿਮ ਭਾਈਚਾਰੇ ਉੱਤੇ ਕਿਸ ਤਰ੍ਹਾਂ ਬਲਡੋਜ਼ਰ ਚਲਾ ਰਹੀ ਸੀ ਉਸ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੋਕ ਲਾਤੀ ਆ ਤੇ ਹਰਿਆਣਾ ਸਰਕਾਰ ਨੂੰ ਕਿਹਾ ਕਿ ਆ ਕੇ ਸਾਨੂੰ ਦੱਸੋ ਕਿ ਕੀ ਤੁਸੀਂ ਪ੍ਰੋਪਰ ਪ੍ਰोसीजर ਜਾਂ ਕੋਈ ਕਾਇਦਾ ਕਾਨੂੰਨ ਅਪਣਾਇਆ ਇਹਨਾਂ ਘਰਾਂ ਨੂੰ ਤੋੜਨ ਤੋਂ ਪਹਿਲਾਂ ਇਹ ਉਹਨਾਂ ਨੇ 11 ਅਗਸਤ ਤੱਕ ਰਿਪੋਰਟ ਮੰਗੀ ਹੈ ਇਸ ਬਾਰੇ ਵੀ ਗੱਲ ਕਰਾਂਗੇ ਤੇ ਨਾਲ ਹੀ ਸੁਪਰੀਮ ਕੋਰਟ ਦੇ ਵਿੱਚ ਮਨੀਪੁਰ ਦੇ ਬੀਜੀਪੀ ਰਾਜੀਵ ਸਿੰਘ ਨੂੰ ਬੁਲਾਇਆ ਗਿਆ ਸੀ ਉਹ ਪੇਸ਼ ਹੁੰਦੇ ਨੇ ਬੀਤੇ ਕੱਲ ਸੋਮਵਾਰ ਨੂੰ ਪਰ ਨਾਲ ਦੇ ਨਾਲ ਸੁਪਰੀਮ ਕੋਰਟ ਨੇ ਹੁਣ ਰਿਟਾਇਰਡ ਜੱਜਸ ਦਾ ਇਹ ਸਾਰੀਆਂ ਮਹਿਲਾ ਜੱਜਸ ਨੇ ਇਹਨਾਂ ਦਾ ਇੱਕ ਪੈਨਲ ਬਣਾਤਾ ਤੇ ਇਸੇ ਤਰ੍ਹਾਂ ਇੱਕ ਰਿਟਾਇਰਡ ਆਈਪੀਐਸ ਅਫਸਰ ਦਾ ਇਹਨਾਂ ਨੂੰ ਕਿਹਾ ਕਿ ਹੁਣ ਜਿੰਨੀਆਂ ਜਾਂਚਾਂ ਹੋਣਗੀਆਂ ਤੁਸੀਂ ਉਹਦੀ ਦੇਖਰੇਖ ਕਰੋਗੇ ਇਹ ਪੈਨਲ ਵੀ ਦੇਖਰੇਖ ਕਰੂਗਾ ਇਸ ਨੂੰ ਵੀ ਇਸ ਸਾਰੇ ਮੁੱਦੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਲਾਲਚੰਦ ਕਟਾਰੂ ਚੱਕ ਪੰਜਾਬ ਸਰਕਾਰ ਦੇ ਕੈਬਨਿਟ ਦੇ ਮੰਤਰੀ ਨੇ ਕਈ ਮਹਿਕਮੇ ਨੇ ਇਹਨਾਂ ਕੋਲੇ ਜਿਸ ਤਰ੍ਹਾਂ ਕਿ ਜੰਗਲੀ ਜੀਵਾਂ ਦਾ ਉਹਨਾਂ ਦੀ ਸੁਰੱਖਿਆ ਕਿਸ ਤਰ੍ਹਾਂ ਕਰਨੀ ਆ ਜੰਗਲਾਤ ਦਾ ਮਹਿਕਮਾ ਵੀ ਇਹਨਾਂ ਕੋਲੇ ਆ ਫੂਡ ਐਂਡ ਸਿਵਲ ਸਪਲਾਈਜ਼ ਦਾ ਤੇ ਕੰਜ਼ਿਊਮਰ ਅਫੇਅਰਸ ਦਾ ਮਹਿਕਮਾ ਇਹਨਾਂ ਕੋਲੇ ਆ ਕਾਫੀ ਅਹਿਮ ਮੰਤਰੀ ਨੇ ਇਸ ਪੰਜਾਬ ਸਰਕਾਰ ਦੇ ਔਰ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੂੰ ਪਤਾ ਕਿ ਕਿਸ ਤਰ੍ਹਾਂ ਇਹਨਾਂ ਤੇ ਪਠਾਨਕੋਟ ਦੇ ਇੱਕ ਨੌਜਵਾਨ ਨੇ ਇਹਨਾਂ ਤੇ ਦੋਸ਼ ਲਾਇਆ ਸੀ ਬਲਕਿ ਇਹਨਾਂ ਦੀ ਸ਼ਿਕਾਇਤ ਕੀਤੀ ਸੀ ਔਰ ਦੋਸ਼ ਕਾਫੀ ਸੰਗੀਨ ਸੀ ਉਸ ਨੌਜਵਾਨ ਨੇ ਕਿਹਾ ਸੀ ਕਿ ਕਿਸ ਤਰ੍ਹਾਂ ਲਾਲਚੰਦ ਕਟਾਰੂ ਚੱਕ ਨੇ ਉਹਨਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਜਾਂ ਨੌਕਰੀ ਦੇਣ ਦੇ ਬਹਾਨੇ ਉਹਨਾਂ ਦਾ ਸਰੀਰਕ ਸ਼ੋਸ਼ਣ ਕੀਤਾ ਸੀ ਬਾਅਦ ਦੇ ਵਿੱਚ ਇਹ ਮਾਮਲਾ ਇੰਨਾ ਭੱਗ ਗਿਆ ਕਿ ਪੰਜਾਬ ਸਰਕਾਰ ਨੂੰ ਇੱਕ ਪੈਨਲ ਬਣਾਉਣਾ ਪਿਆ ਪੁਲਿਸ ਆਫੀਸਰਸ ਦਾ ਹਾਲਾਂਕਿ ਉਸ ਪੈਨਲ ਨੇ ਕੁਝ ਕੀਤਾ ਕਰਾਇਆ ਨਹੀਂ ਇਹ ਵੀ ਆਪਾਂ ਨੂੰ ਪਤਾ ਆਖਰਕਾਰ ਉਹ ਨੌਜਵਾਨੀ ਇੰਨਾ ਅੱਕ ਗਿਆ ਥੱਕ ਗਿਆ ਕਿ ਉਹਨੇ ਆਪਣੀ ਸ਼ਿਕਾਇਤ ਹੀ ਵਾਪਸ ਲੈ ਲਈ ਉਹਨੇ ਕਿਹਾ ਕਿ ਮੈਂ ਕੋਈ ਕਾਰਵਾਈ ਨਹੀਂ ਕਰਨੀ ਇਸ ਤਰ੍ਹਾਂ ਜਿਹੜੇ ਲਾਲਚੰਦ ਕਟਾਰੂ ਚੱਕ ਇਹ ਬਚ ਜਾਂਦੇ ਨੇ ਤੇ ਮੰਤਰੀ ਇਹ ਬਿਲਕੁਲ ਬਰਕਰਾਰ ਰਹਿੰਦੇ ਨੇ ਤੇ ਇਹਦੀ ਜਿਹੜੀ ਮਿਹਰਬਾਨੀ ਹੁੰਦੀ ਹੈ ਉਹ ਪੰਜਾਬ ਸਰਕਾਰ ਦੀ ਹੁੰਦੀ ਹੈ ਜਾਂ ਆਮ ਆਦਮੀ ਪਾਰਟੀ ਦੀ ਕਿ ਉਹ ਕੋਈ ਕਾਰਵਾਈ ਨਹੀਂ ਕਰਦੇ ਪਰ ਹੁਣ ਇੱਕ ਹੋਰ ਮਾਮਲਾ ਆਇਆ ਇਸ ਮਾਮਲੇ ਦੇ ਵਿੱਚ ਲਾਲਚੰਦ ਕਟਾਰੂ ਚੱਕ ਦਾ ਬਚਣਾ ਮੁਸ਼ਕਲ ਆ ਪਰ ਹਾਂ ਜੇ ਪੰਜਾਬ ਸਰਕਾਰ ਹੈ ਜਾਂ ਆਮ ਆਦਮੀ ਪਾਰਟੀ ਮਿਹਰਬਾਨ ਰਹੇਗੀ ਤਾਂ ਫਿਰ ਇਹਨਾਂ ਦਾ ਕੋਈ ਨਹੀਂ ਕੁਝ ਵਿਗਾੜ ਸਕਦਾ ਦਰਅਸਲ ਹੋਇਆ ਏ ਕਿ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਨਰੋਟ ਜੈਮਲ ਸਿੰਘ ਇੱਕ ਬਲਾਕ ਆ ਔਰ ਉੱਥੇ ਇੱਕ ਪਿੰਡ ਆ ਗੋਲਪਿੰਡ ਉੱਥੋਂ ਦੀ ਪੰਚਾਇਤ ਤੇ ਉਹਨਾਂ ਦੀ ਇਸੇ ਪੰਚਾਇਤ ਦੀ ਜ਼ਮੀਨ ਆ ਪਟੀਆਂ ਪਿੰਡ ਦੇ ਵਿੱਚ ਪਟੀਆਂ ਪਿੰਡ ਮੈਂ ਇਹ ਜ਼ਰੂਰ ਦੱਸਣਾ ਕਿ ਬੇਚਿਰਾਗ ਪਿੰਡ ਆ ਬੇਚਿਰਾਗ ਉਹ ਪਿੰਡ ਹੁੰਦਾ ਜੋ ਕਿਸੇ ਵਕਤ ਵੱਸਦਾ ਹੋਵੇ ਪਰ ਕਿਉਂਕਿ ਇੱਥੋਂ ਦੀ ਜਿਹੜੀ ਪਾਪੂਲੇਸ਼ਨ ਸੀ ਕਿਸੇ ਕਾਰਨ ਕਰਕੇ ਜਿਹੜੀ ਉੱਥੋਂ ਦੇ ਲੋਕ ਸੀ ਉਹ ਕਿਤੇ ਚਲੇ ਗਏ ਹੁਣ ਤੇ ਇਸ ਪਿੰਡ ਦੇ ਵਿੱਚ ਕੋਈ ਚਿਰਾਗ ਨਾ ਬਲਦਾ ਹੋਵੇ ਨਾ ਜਲਦਾ ਹੋਵੇ ਇਸ ਕਰਕੇ ਬੇਚਰੰਗ ਯਾਨੀ ਕਿ ਉੱਥੇ ਕੋਈ ਵੱਸੋ ਨਹੀਂ ਆ ਇਸ ਪਿੰਡ ਦੀ ਲਗਭਗ 100 ਏਕੜ ਜ਼ਮੀਨ ਪਿਛਲੇ ਦਿਨਾਂ ਦੇ ਵਿੱਚ ਇੱਕ ਅਫਸਰ ਨੂੰ ਔਰ ਅਫਸਰ ਦਾ ਨਾਮ ਹੈ ਕੁਲਦੀਪ ਸਿੰਘ ਕੁਲਦੀਪ ਸਿੰਘ ਨੂੰ ਕਿਸ ਤਰ੍ਹਾਂ ਰਾਤੋਂ ਰਾਤ ਬਲਕਿ 4 ਦਿਨਾਂ ਦੀ ਖੇਡ ਸੀ ਜਿਹੜਾ ਕੁਲਦੀਪ ਸਿੰਘ ਕੇਵਲ ਇੱਕ ਬੀ ਡੀ ਪੀਓ ਲੈਵਲ ਦਾ ਅਧਿਕਾਰੀ ਸੀ ਕਿਸ ਤਰ੍ਹਾਂ ਉਹਨੂੰ ਰਾਤੋਂ ਰਾਤ ਡੀ ਡੀ ਪੀਓ ਬਣਾ ਕੇ ਤੇ ਫਿਰ ਉਹਨੂੰ ਏ ਡੀ ਸੀ ਬਣਾ ਕੇ ਤੇ ਕਿਸ ਤਰ੍ਹਾਂ ਉਸ ਤੋਂ ਇਹ ਸਾਰੀ ਦੀ ਸਾਰੀ ਜ਼ਮੀਨ ਨਿੱਜੀ ਹੱਥਾਂ ਦੇ ਵਿੱਚ ਟਰਾਂਸਫਰ ਕਰਵਾ ਲਈ ਗਈ ਇਹ ਉਹਦਾ ਇੱਕ ਕਿੱਸਾ ਪਰ ਜਿਹੜੀ ਅਸਲੀ ਗੱਲ ਹੁਣ ਇੱਕ ਹੋਰ ਬਾਹਰ ਆਈ ਹੈ ਕਿਉਂਕਿ ਇਹ ਗੱਲ ਤਾਂ ਆਪਾਂ ਨੂੰ ਪਹਿਲਾਂ ਪਤਾ ਹੀ ਆ ਅਸਲੀ ਗੱਲ ਇਹ ਬਾਹਰ ਆਈ ਹੈ ਕਿ ਇਸ ਅਧਿਕਾਰੀ ਨੂੰ ਇਸ ਕੁਲਦੀਪ ਸਿੰਘ ਨੂੰ ਏ ਡੀ ਸੀ ਐਡੀਸ਼ਨਲ ਡਿਪਟੀ ਕਮਿਸ਼ਨਰ ਡਿਵੈਲਪਮੈਂਟ ਇਸ ਨੂੰ ਇਸ ਤਰੱਕੀ ਦੇਣ ਦੇ ਲਈ ਜਿਹੜੀ ਚਿੱਠੀ ਲਿਖੀ ਗਈ ਸੀ ਉਹ ਲਾਲਚੰਦ ਕਟਾਰੂ ਚੱਕ ਨੇ ਲਿਖੀ ਸੀ ਡੈਮੀ ਅਫੀਸ਼ੀਅਲ ਲੈਟਰ ਨੂੰ ਆਪਾਂ ਕਹਿ ਦਿੰਦੇ ਆ ਔਰ 23 ਫਰਵਰੀ 23 ਫਰਵਰੀ ਨੂੰ ਇਹ ਚਿੱਠੀ ਲਿਖੀ ਗਈ ਸੀ ਤੇ ਉਸ ਵਕਤ ਪੁਲਦੀਪ ਸਿੰਘ ਢਾਲੀਵਾਲ ਉਹ ਇਸ ਪੰਚਾਇਤੀ ਮਹਿਕਮੇ ਦੇ ਜਿਹਨੂੰ ਅਸੀਂ ਰੂਰਲ ਡਿਵੈਲਪਮੈਂਟ ਜਾਂ ਪੰਚਾਇਤ ਮਹਿਕਮਾ ਕਹਿ ਦਿੰਦੇ ਆ ਉਦੋਂ ਉਹ ਮੰਤਰੀ ਹੁੰਦੇ ਸੀ ਤੇ ਤੁਸੀਂ ਦੇਖੋ ਜਿਸ ਤਰ੍ਹਾਂ ਹੀ ਲਾਲਚੰਦ ਕਟਾਰੂ ਚੱਕ ਨੇ ਚਿੱਠੀ ਲਿਖੀ ਕਿ ਕੁਲਦੀਪ ਸਿੰਘ ਨੂੰ ਤੁਸੀਂ ਐਡੀਸ਼ਨਲ ਚਾਰਜ ਦੇ ਦੋ ਏਡੀਸੀ ਦਾ ਤੇ ਨਾਲੋਂ ਨਾਲ ਹੀ ਕਾਰਵਾਈ ਹੋ ਗਈ ਤੇ ਏਡੀਸੀ ਦਾ ਐਡੀਸ਼ਨਲ ਚਾਰਜ ਵੀ ਮਿਲ ਗਿਆ ਹੁਣ ਜੇ ਤੁਸੀਂ ਧਿਆਨ ਨਾਲ ਇਹ ਸਾਰੀ ਚੀਜ਼ ਦੇਖੋ ਜਿਹੜੀਆਂ ਇਹਦੇ ਵਿੱਚ ਤਰੀਕਾ ਨੇ ਉਹ ਬਹੁਤ ਇੰਪੋਰਟੈਂਟ ਨੇ ਇਹ ਜਿਹੜਾ ਕੁਲਦੀਪ ਸਿੰਘ ਹੁੰਦਾ ਇਹ 20 ਤਰੀਕ ਤੱਕ 20 ਫਰਵਰੀ ਤੱਕ ਇਹ ਬੀਡੀਪੀਓ ਹੁੰਦਾ ਜਿਹਨੂੰ ਅਸੀਂ ਬਲਾਕ ਡਵੈਲਪਮੈਂਟ ਤੇ ਪੰਚਾਇਤ ਅਫਸਰ ਕਹਿ ਦਿੰਨੇ ਆ ਤੇ 21 ਫਰਵਰੀ ਨੂੰ ਇਸ ਨੂੰ ਡੀਡੀਪੀਓ ਬਣਾ ਦਿੱਤਾ ਜਾਂਦਾ ਜਿਹਨੂੰ ਅਸੀਂ ਡਿਸਟ੍ਰਿਕਟ ਡਿਵੈਲਪਮੈਂਟ ਐਂਡ ਪੰਚਾਇਤ ਅਫਸਰ ਕਹਿੰਦੇ ਆ ਤੇ ਉਸ ਤੋਂ ਬਾਅਦ 24 ਫਰਵਰੀ ਨੂੰ ਹੁਣ ਇਹ ਤਰੀਕਾ ਇਸ ਕਰਕੇ ਜ਼ਰੂਰੀ ਆ ਤਾਂ ਕਿ ਤੁਹਾਨੂੰ ਇਹ ਪਤਾ ਲੱਗਦਾ ਰਹੇ ਤੁਸੀਂ ਕਨੈਕਟ ਕਰ ਸਕੋ ਕਿ ਇਹ ਹੋ ਕੀ ਰਿਹਾ 23 ਫਰਵਰੀ ਨੂੰ ਲਾਲਚੰਦ ਕੁਟਾਰੂ ਚੱਕ ਕੁਲਦੀਪ ਸਿੰਘ ਧਾਲੀਵਾਲ ਨੂੰ ਚਿੱਠੀ ਲਿਖਦੇ ਆ ਕਿ ਇਹਨੂੰ ਏਡੀਸੀ ਦਾ ਐਡੀਸ਼ਨਲ ਚਾਰਜ ਦੇ ਦਿਓ ਤੇ ਉਸ ਤੋਂ ਬਾਅਦ 24 ਫਰਵਰੀ ਨੂੰ ਯਾਨੀ ਕਿ ਅਗਲੇ ਦਿਨ ਇਸੇ ਕੁਲਦੀਪ ਸਿੰਘ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ ਦਾ ਜਾਂ ਏਡੀਸੀ ਦਾ ਚਾਰਜ ਵੀ ਦੇ ਦਿੱਤਾ ਜਾਂਦਾ ਕੁਦਰਤੀ 25 26 ਦੀ ਛੁੱਟੀ ਆ ਜਾਂਦੀ ਆ ਤੇ ਫਿਰ 27 ਤਰੀਕ ਨੂੰ ਬਤਾਰ ਏਡੀਸੀ ਦਾ ਐਡੀਸ਼ਨਲ ਚਾਰਜ ਦਾ ਕੁਲਦੀਪ ਸਿੰਘ ਦਾ ਪਹਿਲਾ ਦਿਨ ਹੁੰਦਾ ਔਰ ਪਹਿਲੇ ਦਿਨ ਹੀ ਇਹ ਕੋਰਟ ਲਾ ਲੈਂਦਾ ਮੈਂ ਇਥੇ ਇਹ ਦੱਸਦਾ ਕਿ ਜਦੋਂ ਤੁਸੀਂ ਏਡੀਸੀ ਡਿਵੈਲਪਮੈਂਟ ਬਣਦੇ ਹੋ ਤੇ ਤੁਹਾਨੂੰ ਕੁਆਸੀ ਜੁਡੀਸ਼ੀਅਲ ਪਾਵਰਸ ਮਿਲਦੀਆਂ ਨੇ ਤਾਂ ਕਿ ਤੁਸੀਂ ਕੋਰਟ ਲਾ ਸਕਦੇ ਹੋ ਸਿਵਲ ਦੇ ਕਈ ਮੈਟਰ ਹੁੰਦੇ ਆ ਕਈ ਕੇਸਸ ਹੁੰਦੇ ਆ ਉਹਦੇ ਤੇ ਤੁਸੀਂ ਫੈਸਲੇ ਕਰ ਸਕਦੇ ਹੋ ਪੰਚਾਇਤੀ ਜ਼ਮੀਨਾਂ ਤੇ ਉਸੇ ਦਿਨ 27 ਫਰਵਰੀ ਨੂੰ ਕੁਲਦੀਪ ਸਿੰਘ ਨੇ ਫਟਾਫਟ ਕੋਈ ਦੇਰ ਨਹੀਂ ਲਾਈ ਤੇ ਇਹਨੇ ਉਹ ਜਿਹੜੀ 100 ਏਕੜ ਜ਼ਮੀਨ ਸੀ ਉਹ ਨਿੱਜੀ ਹੱਥਾਂ ਦੇ ਵਿੱਚ ਟਰਾਂਸਫਰ ਕਰਤੀ ਤੇ 28 ਫਰਵਰੀ ਨੂੰ ਇਹੀ ਕੁਲਦੀਪ ਸਿੰਘ ਰਿਟਾਇਰ ਵੀ ਹੋ ਜਾਂਦਾ ਐਨੀ ਤੇਜ਼ੀ ਦੇ ਨਾਲ ਇਹ ਸਾਰਾ ਕੁਝ ਮਾਮਲਾ ਵਧਦਾ ਇਸੇ ਕਰਕੇ ਮੈਂ ਤੁਹਾਨੂੰ ਕਿਹਾ ਸੀ ਕਿ ਕੇਵਲ 4 ਦਿਨਾਂ ਦੀ ਖੇਡ ਸੀ ਤੇ ਹੁਣ ਜਿਹੜੀ ਗੱਲ ਪਤਾ ਲੱਗੀ ਆ ਕਿ ਉਹ ਜਿਹੜਾ ਡੈਮੀ ਅਫੀਸ਼ੀਅਲ ਲੈਟਰ ਸੀ ਉਹ ਲਾਲਚੰਦ ਕਟਾਰੂ ਚੱਕ ਨੇ ਕੁਲਦੀਪ ਸਿੰਘ ਢਾਲੀਵਾਲ ਨੂੰ ਲਿਖਿਆ ਸੀ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਤੁਸੀਂ ਚਿੱਠੀ ਲਿਖੀ ਆ ਕੀ ਤੁਸੀਂ ਇਸ ਕੁਲਦੀਪ ਸਿੰਘ ਦੀ ਪ੍ਰੋਮੋਸ਼ਨ ਕਰਵਾਈ ਆ ਜਾਂ ਸਿਫਾਰਿਸ਼ ਕੀਤੀ ਆ ਪਹਿਲਾਂ ਤਾਂ ਇਹ ਲਾਲਚੰਦ ਕਟਾਰੂ ਚੱਕ ਮੁੱਕਰੀ ਗਏ ਫੇਰ ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਸਾਡੇ ਕੋਲ ਚਿੱਠੀ ਆ ਤੇ ਫੇਰ ਉਸ ਤੋਂ ਬਾਅਦ ਇਹ ਪਤਾ ਲੱਗਾ ਕਿ ਹਾਂਜੀ ਕਹਿੰਦੇ ਜੀ ਮੈਂ ਚਿੱਠੀ ਤਾਂ ਲਿਖੀ ਸੀ ਪਰ ਜੇ ਉਸ ਅਧਿਕਾਰੀ ਨੇ ਕੁਝ ਗਲਤ ਕੀਤਾ ਜਾਂ ਕਾਨੂੰਨ ਦਾ ਉਹਨੇ ਕਿਸੇ ਤਰ੍ਹਾਂ ਦੀ ਉਲੰਘਣਾ ਕੀਤੀ ਆ ਤੇ ਉਹਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਊਗਾ ਇਹ ਲਾਲਚੰਦ ਘਟਾਰੂ ਚੱਕ ਜਾਣੀ ਕਿ ਬਚ ਰਹੇ ਨੇ ਨਾਲ ਦੇ ਨਾਲ ਜਦੋਂ ਕੁਲਦੀਪ ਸਿੰਘ ਧਾਲੀਵਾਲ ਤੋਂ ਪੁੱਛਿਆ ਗਿਆ ਕਿ ਤੁਸੀਂ ਉਸ ਕਾਰਵਾਈ ਨੂੰ ਕਿਸ ਤਰ੍ਹਾਂ ਅੱਗੇ ਵਧਾਤਾ ਤੁਸੀਂ ਕਿਉਂ ਨਹੀਂ ਪੁੱਛਿਆ ਗਿਆ ਉਹ ਕਹਿੰਦੇ ਜੀ ਮੇਰੇ ਕੋਲੇ ਜਦੋਂ ਮੈਨੂੰ ਪਤਾ ਲੱਗਾ ਮੇਰੇ ਕੋਲ ਚਿੱਠੀ ਤਾਂ ਆਈ ਸੀ ਪਰ ਮੈਂ ਨਾਲ ਦੇ ਨਾਲ ਉਸ ਆਰਡਰ ਤੇ ਸਟੇ ਕਰਤਾ ਸੀ ਉਸ ਤੇ ਰੋਕ ਲਾਤੀ ਸੀ ਤੇ ਫਿਰ ਬਾਅਦ ਦੇ ਵਿੱਚ ਉਹਦੀ ਇਨਕੁਆਰੀ ਆਰਡਰ ਕਰਤੀ ਪਰ ਮੈਨੂੰ ਲੱਗਦਾ ਨਹੀਂ ਕਿ ਪੂਰੀ ਸਚਾਈ ਆ ਸਾਰੇ ਦੇ ਸਾਰੇ ਇਸ ਦੇ ਵਿੱਚ ਮਿਲੇ ਹੋਏ ਲੱਗਦੇ ਨੇ ਨਾਲ ਹੀ ਇਹ ਵੀ ਲੱਗਦਾ ਕਿ ਜਿਹੜੇ ਹੁਣ ਦੇ ਮੰਤਰੀ ਨੇ ਇਸੇ ਪਿੰਡੂ ਵਿਕਾਸ ਤੇ ਪੰਚਾਇਤੀ ਮਹਿਕਮੇ ਦੇ ਲਾਲਜੀਤ ਸਿੰਘ ਭੁੱਲਰ ਉਹ ਇਸ ਮਹਿਕਮੇ ਦੇ ਮੰਤਰੀ ਨੇ ਕਿਉਂ ਇਸ ਦੀ ਇਨਕੁਆਇਰੀ ਕਰਾਉਣਗੇ ਵੈਸੇ ਪਤਾ ਨਹੀਂ ਮੈ ਉਹ ਆਪਣੇ ਮੰਤਰੀਆਂ ਦੇ ਖਿਲਾਫ ਕੋਈ ਐਕਸ਼ਨ ਕਰਦੇ ਆ ਕਿ ਨਹੀਂ ਕਰਦੇ ਇਹ ਡੀਓ ਲੈਟਰ 120 ਨੰਬਰ ਇਹਦਾ ਡੀਓ ਲੈਟਰ ਆ ਤੇ ਇਹਦੀ ਉਬਾਰਤ ਵੀ ਇਹੀ ਸੀ ਜਿਹੜੀ ਲਿਖੀ ਸੀ ਕਟਾਰੂ ਚੱਕ ਨੇ ਕਿ ਜਿਹੜਾ ਡੀਡੀਪੀਓ ਆ ਹੈੱਡ ਆਫਿਸ ਦੇ ਵਿੱਚ ਆ ਇਸ ਨੂੰ ਐਡੀਸ਼ਨਲ ਚਾਰਜ ਦੇ ਦਿੱਤਾ ਜਾਵੇ ਕੇਵਲ ਦੋ ਲਾਈਨਾਂ ਦੀ ਲੈਟਰ ਆ ਤੇ ਨਾਲ ਤੇ ਨਾਲ ਹੀ ਇਸ ਤੇ ਐਕਸ਼ਨ ਹੋ ਜਾਂਦਾ ਇਸ ਤੇ ਕਾਰਵਾਈ ਹੋ ਜਾਂਦੀ ਹੈ ਹੁਣ ਇਹਦੇ ਵਿੱਚ ਤੁਹਾਨੂੰ ਇੱਕ ਹੋਰ ਚੀਜ਼ ਜਿਹੜੀ ਦੇਖਣ ਵਾਲੀ ਲੋੜ ਆ ਉੱਥੇ ਇੱਕ ਏਡੀਸੀ ਹੁੰਦੇ ਆ ਬਲਰਾਜ ਸਿੰਘ ਉਹਨਾਂ ਨੂੰ ਨਾਲ ਦੇ ਨਾਲ ਹੀ ਬਦਲ ਦਿੱਤਾ ਜਾਂਦਾ ਤੇ ਜਿਸ ਤਰ੍ਹਾਂ ਹੀ ਇਹ ਕੁਲਦੀਪ ਸਿੰਘ ਰਿਟਾਇਰ ਹੁੰਦਾ ਨਾਲ ਦੀ ਨਾਲ ਬਲਰਾਜ ਸਿੰਘ ਨੂੰ 2 ਅਗਸਤ ਨੂੰ ਆ ਬੀਤੇ 2 ਅਗਸਤ ਨੂੰ ਵਾਪਸ ਪਠਾਨਕੋਟ ਲੈ ਕੇ ਆਇਆ ਜਾਂਦਾ ਉਹਨਾਂ ਨੂੰ ਉਹਨਾਂ ਦੀ ਟਰਾਂਸਫਰ ਕਰ ਦਿੱਤੀ ਜਾਂਦੀ ਹੈ ਜਿਹਦੇ ਤੋਂ ਹੋਰ ਵੀ ਸ਼ੱਕ ਪੈਦਾ ਹੁੰਦਾ ਕਿ ਇਹ ਸਾਰਾ ਮਾਮਲਾ ਤਾਂ ਇਸ ਤਰ੍ਹਾਂ ਲੱਗਦਾ ਕਿ ਪਹਿਲੇ ਸਾਰਾ ਕੁਝ ਮਿੱਥਿਆ ਹੋਇਆ ਸੀ بڑے ਵਿਉਂਤ ਦੇ ਨਾਲੇ ਸਾਰਾ ਕੁਝ ਹੋਇਆ ਕੁਝ ਲੋਕ ਤਾਂ ਇਹ ਕਹਿੰਦੇ ਨੇ ਕਿ ਲਾਲਚੰਦ ਕਟਾਰੂ ਚੱਕ ਨੇ ਇਹ ਸਾਰਾ ਕੁਝ ਦਿੱਲੀ ਦੇ ਕਹਿਣ ਤੇ ਕੀਤਾ ਕਿਉਂਕਿ ਲਾਲਚੰਦ ਕਟਾਰੂ ਚੱਕ ਨੂੰ ਇੱਕ ਬੜੇ ਗੰਭੀਰ ਮਸਲੇ ਤੋਂ ਦਿੱਲੀ ਵਾਲਿਆਂ ਨੇ ਬਚਾਇਆ ਸੀ ਜਾਂ ਪੰਜਾਬ ਦੀ ਸਰਕਾਰ ਨੇ ਬਚਾਇਆ ਸੀ ਸਾਰਿਆਂ ਨੇ ਮਿਲ ਕੇ ਬਚਾਇਆ ਸੀ ਨਹੀਂ ਤਾਂ ਹੋ ਸਕਦਾ ਸੀ ਕਿ ਉਹਨਾਂ ਦੀ ਕੈਬਨਿਟ ਦੀ ਉਹ ਕੁਰਸੀ ਵੀ ਚਲੀ ਜਾਂਦੀ ਜਾਂ ਮੰਤਰੀ ਦਾ ਅਹੁਦਾ ਚਲਾ ਜਾਂਦਾ ਇਸ ਕਰਕੇ ਉਹਨਾਂ ਨੇ ਇੱਕ ਤਰ੍ਹਾਂ ਦਾ ਹੁਣ ਜਿਵੇਂ ਕਹਿੰਦੇ ਹੁੰਦੇ ਪੇਬੈਕ ਕੀਤਾ ਕਿ ਇਹ ਇੱਕ ਤਰ੍ਹਾਂ ਦਾ ਕੁਇਡ ਪ੍ਰੋ ਕੋ ਜਿਹਨੂੰ ਕਹਿੰਦੇ ਕਿ ਤੁਸੀਂ ਮੇਰੇ ਲਈ ਜੇ ਕੁਝ ਕੀਤਾ ਤੇ ਮੈਂ ਤੁਹਾਡੇ ਲਈ ਵੀ ਕੁਝ ਕਰੂੰਗਾ ਇਹਦਾ ਮਾਮਲਾ ਇਸ ਤਰ੍ਹਾਂ ਦਾ ਲੱਗਦਾ ਨਹੀਂ ਤਾਂ ਇੱਕ ਇੰਨੀ ਬਰੇਜ਼ਨ ਢੰਗ ਨਾਲ ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਕਾਨੂੰਨ ਦੀ ਕੋਈ ਪ੍ਰਵਾਹ ਨਾ ਕੀਤੀ ਜਾਵੇ ਤੇ ਹੁਣ ਇਹਦੇ ਵਿੱਚ ਤੁਹਾਨੂੰ ਮੈਂ ਹੋਰ ਵੀ ਮਸਲਾ ਦੱਸਦਾ ਪਿਛਲੇ ਦਿਨਾਂ ਦੇ ਵਿੱਚ ਵੈਸੇ ਪੰਜਾਬ ਦੇ ਚੀਫ ਸੈਕਟਰੀ ਅਨੁਰਾਗ ਵਰਮਾ ਨੇ ਇਸ ਕੇਸ ਦਾ ਕੌਗਨੈਂਸ ਲਿੱਤਾ ਨੋਟਿਸ ਲਿੱਤਾ ਜਦੋਂ ਇਹ ਅੰਗਰੇਜ਼ੀ ਟ੍ਰਿਬਿਊਨ ਦੇ ਵਿੱਚ ਇਹ ਖਬਰ ਛਪੀ ਔਰ ਉਹਨਾਂ ਨੇ ਇੱਥੇ ਤੱਕ ਕਿ ਇਹਦੀ ਇਨਕੁਆਇਰੀ ਆਰਡਰ ਕਰਾਂਗੇ ਔਰ ਇਸ ਕੁਲਦੀਪ ਸਿੰਘ ਜਿਹੜਾ ਡੀਡੀਪੀਓ ਸੀ ਜਾਂ ਜਿਹਨੂੰ ਏਡੀਸੀ ਦਾ ਚਾਰਜ ਦਿੱਤਾ ਸੀ ਉਹਦੇ ਖਿਲਾਫ ਕੇਸ ਦਰਜ ਕਰਨ ਦੇ ਵੀ ਆਰਡਰ ਦਿੱਤੇ ਕਿ ਵਿਜੀਲੈਂਸ ਬਿਊਰੋ ਇਸ ਦੇ ਖਿਲਾਫ ਕੇਸ ਦਰਜ ਕਰੇ ਹੋ ਸਕਦਾ ਅੱਜ ਦੇ ਸ਼ਾਮ ਤੱਕ ਜਾਂ ਕੱਲ ਤੱਕ ਇਸ ਤੇ ਕੇਸ ਦਰਜ ਹੋ ਜੇ ਪਰ ਨਾਲ ਦੇ ਨਾਲ ਤੁਸੀਂ ਦੇਖੋ ਹੈਰਾਨੀ ਹੁੰਦੀ ਹੈ ਕਿ ਕੀ ਇਹ ਜ਼ਮੀਨ ਸੀ ਵੈਸੇ ਮੈਂ ਤੁਹਾਨੂੰ ਉਹਨਾਂ ਦੇ ਨਾਂ ਵੀ ਦੱਸ ਦਿੰਦਾ ਜਿਨ੍ਹਾਂ ਦੇ ਨਾਂ ਤੇ ਇਹ ਜ਼ਮੀਨ ਜਿਹੜੀ ਆ ਉਹ ਟਰਾਂਸਫਰ ਕੀਤੀ ਗਈ ਉਹ ਹੈ இந்து ਸ਼ਰਮਾ ਕਰਮ ਸਿੰਘ ਪ੍ਰਵੀਨ ਕੁਮਾਰੀ ਬਲਵਿੰਦਰ ਕੌਰ ਇਸੇ ਤਰ੍ਹਾਂ ਮਨਜੀਤ ਕੌਰ ਭਾਰਤੀ ਭਾਟਾ ਵਿਨਾ ਪਰਮਾਰ ਇੰਦਰਜੀਤ ਕੌਰ ਤੇ ਤਰਸੇਮ ਰਾਣੀ ਇਹ ਸਾਰੇ ਨਾਮ ਨੇ ਜਿਨ੍ਹਾਂ ਦੇ ਨਾਂ ਤੇ ਇਹ ਸਾਰੀ ਦੀ ਸਾਰੀ ਜ਼ਮੀਨ ਆ ਉਹ ਟਰਾਂਸਫਰ ਹੋਈ ਔਰ ਮੁੱਢਲੀ ਜਿਹੜੀ ਜਾਣਕਾਰੀ ਸਾਡੇ ਕੋਲੇ ਪਹੁੰਚੀ ਆ ਉਸ ਹਿਸਾਬ ਦੇ ਨਾਲ ਜੇ ਇਹ 2 ਕਰੋੜ ਦਾ ਵੀ ਕਹਿੰਦੇ ਕਿਲਾ ਲਾ ਲਿੱਤਾ ਜਾਵੇ ਤੇ ਲਗਭਗ ਤੁਸੀਂ ਦੇਖੋ ਕਿੰਨਾ ਨੁਕਸਾਨ ਕਰੋੜਾਂ ਦੇ ਹਿਸਾਬ ਦੇ ਨਾਲ ਨੁਕਸਾਨ ਹੋਇਆ ਅਗਲੀ ਗੱਲ ਅਗਲੀ ਗੱਲ ਹੈ ਕਿਉਂ ਇੰਨੀ ਜ਼ਮੀਨ ਸੀ ਜਿਹੜੀ ਉਹ ਇੰਨੀ ਇੰਪੋਰਟੈਂਟ ਹੋਗੀ ਇੰਨੀ ਮਹੱਤਵਪੂਰਨ ਹੋਗੀ ਪਤਾ ਇਹ ਲੱਗਾ ਕਿ ਇਸ ਦੇ ਵਿੱਚੋਂ ਜਿਹੜੀ 45 ਏਕੜ ਜ਼ਮੀਨ ਆ ਉਹ ਇੱਕ ਤਰ੍ਹਾਂ ਮਾਈਨਿੰਗ ਦੇ ਲਈ ਬਹੁਤ ਕਾਮਿਲ ਆ ਮਾਈਨਿੰਗ ਦੇ ਲਈ ਯਾਨੀ ਕਿ ਰੇਤਾ ਬਜਰੀ ਦੀ ਖੁਦਾਈ ਦੇ ਲਈ ਬਹੁਤ ਵਧੀਆ ਜ਼ਮੀਨ ਆ ਕਿਉਂਕਿ ਇਹ ਰਾਵੀ ਦੇ ਕੰਢੇ ਤੇ ਪੈਂਦੀ ਆ ਔਰ ਤੁਸੀਂ ਦੇਖੋ ਇਸ ਗੱਲ ਦਾ ਉਦੋਂ ਵੀ ਪਤਾ ਲੱਗਾ ਕਿ ਜਿਸ ਤਰ੍ਹਾਂ ਇਹ ਜਿਹਨਾਂ ਦੇ ਮੈਂ ਤੁਹਾਨੂੰ ਨਾਂ ਗਿਣਾਏ ਆ ਜਿਸ ਤਰ੍ਹਾਂ ਇਹਨਾਂ ਦੇ ਨਾਂ ਤੇ ਇਹ ਜ਼ਮੀਨ ਟਰਾਂਸਫਰ ਹੁੰਦੀ ਆ ਕੁਲਦੀਪ ਸਿੰਘ ਜਾਂਦਾ ਹੋਇਆ ਟਰਾਂਸਫਰ ਕਰ ਜਾਂਦਾ ਨਾਲ ਦੀ ਨਾਲ ਹੀ ਇਹ ਐਪਲੀਕੇਸ਼ਨ ਲਾ ਦਿੰਦੇ ਨੇ ਲੋਕਲ ਅਧਿਕਾਰੀਆਂ ਨੂੰ ਪਠਾਨਕੋਟ ਦੇ ਅਧਿਕਾਰੀਆਂ ਨੂੰ ਇਹ ਇੱਕ ਅਰਜ਼ੀ ਲਾ ਦਿੰਦੇ ਨੇ ਕਿ ਇਹਨਾਂ ਨੂੰ 45 ਏਕੜ ਦੇ ਰਕਬੇ ਦੇ ਵਿੱਚ ਇਹਨਾਂ ਨੂੰ ਮਾਈਨਿੰਗ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਕੀ ਮਕਸਦ ਸੀ ਇਹਦਾ ਤੇ ਇਹਦਾ ਫਾਇਦਾ ਪਹੁੰਚਣਾ ਕਿਨੂੰ ਸੀ ਹੁਣ ਤੁਸੀਂ ਦੇਖੋ ਇਹ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੈਸੇ ਉੱਥੋਂ ਦੇ ਅੱਜਕੱਲ ਦੇ ਡੀਡੀਪੀਓ ਲੱਗੇ ਨੇ ਜਿਨ੍ਹਾਂ ਦਾ ਨਾਮ ਯੁੱਧਵੀਰ ਸਿੰਘ ਆ ਉਹਨਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਆ ਕਿ ਬਿਲਕੁਲ ਜਿਹੜੀ ਇਹ ਜ਼ਮੀਨ ਆ ਰਾਵੀ ਦੇ ਕੰਡੇ ਤੇ ਪੈਂਦੀ ਆ ਇਹ ਮਾਈਨਿੰਗ ਦੇ ਲਈ ਰੇਤਾ ਬਜਰੀ ਦੀ ਖੁਦਾਈ ਦੇ ਲਈ ਬਹੁਤ ਅਹਿਮ ਜ਼ਮੀਨ ਆ ਬਹੁਤ ਮਹੱਤਵਪੂਰਨ ਆ ਔਰ ਇੱਥੇ ਜਿਹੜੇ ਖਣਿਜ ਪਦਾਰਥ ਨੇ ਖਾਸ ਤੌਰ ਤੇ ਇਹ ਇਹ ਭਰੇ ਪਏ ਨੇ ਤੇ ਇਸ ਜ਼ਮੀਨ ਦਾ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਇਹਨੂੰ ਦਰਿਆ ਬੁਰਦ ਵੀ ਕਹਿੰਦੇ ਆ ਕਿਸੇ ਵਕਤ ਦਰਿਆ ਦੇ ਨਾਲ ਸੀ ਕਿਉਂਕਿ ਜਿਹੜੇ ਇਹਦੇ ਵਿੱਚੋਂ 20 ਕਿੱਲੇ ਨੇ ਜਾਂ 20 ਏਕੜ ਨੇ ਉਹ ਬਿਲਕੁਲ ਕੰਡੇ ਤੇ ਪੈਂਦੇ ਨੇ ਦਰਿਆ ਤੇ ਔਰ ਆਪਾਂ ਨੂੰ ਇਹ ਵੀ ਪਤਾ ਜਦੋਂ ਖੁਦਾਈ ਸ਼ੁਰੂ ਹੁੰਦੀ ਆ ਤਾਂ ਫਿਰ ਉੱਥੋਂ ਤੱਕ ਸੀਮਿਤ ਨਹੀਂ ਰਹਿੰਦੀ ਕਈ ਏਕੜ ਕਈ ਏਕੜ ਅੱਗੇ ਚਲੀ ਜਾਂਦੀ ਆ ਕਿਉਂਕਿ ਇਨ੍ਹਾਂ ਕਾਇਦੇ ਕਾਨੂੰਨਾਂ ਦਾ ਕਿਸੇ ਤਰ੍ਹਾਂ ਧਿਆਨ ਹੀ ਨਹੀਂ ਰੱਖਿਆ ਜਾਂਦਾ ਪਰਮਿਸ਼ਨ ਤਾਂ 1 ਏਕੜ ਦੀ ਲਈ ਹੁੰਦੀ ਆ 2 ਏਕੜ ਦੀ ਲਈ ਹੁੰਦੀ ਆ ਪਰ ਕਈ ਏਕੜਾਂ ਤੱਕ ਜਿਹੜੀ ਖੁਦਾਈ ਐ ਫੈਲ ਜਾਂਦੀ ਆ ਸੋ ਹੁਣ ਕੀ ਪੰਜਾਬ ਦੀ ਸਰਕਾਰ ਆਪਣੇ ਮੰਤਰੀ ਦੇ ਖਿਲਾਫ ਜਦੋਂ ਇਹ ਚਿੱਠੀ ਸਾਹਮਣੇ ਆ ਗਈ ਆ ਕਿ ਉਸ ਤੇ ਕੋਈ ਕਾਰਵਾਈ ਕਰੂਗੀ ਕਿ ਲਾਲਚੰਦ ਕਟਾਰੂ ਚੱਕ ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਹੋਏਗੀ ਕਿ ਲਾਲਜੀਤ ਸਿੰਘ ਭੁੱਲਰ ਕਿਸੇ ਤਰ੍ਹਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਗੇ ਆਪਣੇ ਹੀ ਇੱਕ ਅਫਸਰ ਨੂੰ ਜਿਸ ਤਰ੍ਹਾਂ ਅੱਗੇ ਵਧਾਇਆ ਗਿਆ ਰਾਤੋਂ ਰਾਤ ਉਹਦੀ ਪ੍ਰੋਮੋਸ਼ਨ ਕੀਤੀ ਗਈ ਤਰੱਕੀ ਕੀਤੀ ਗਈ ਇਹ ਸਾਰਾ ਕੁਝ ਜਦੋਂ ਸਾਹਮਣੇ ਆਇਆ ਤੇ ਫਿਰ ਪਤਾ ਲੱਗੂਗਾ ਕਿ ਜਿਹੜੀ ਸਰਕਾਰ ਆਪਣੇ ਆਪ ਨੂੰ ਬੜੀ ਇਮਾਨਦਾਰ ਸਰਕਾਰ ਜਾਂ ਕਟੜ ਇਮਾਨਦਾਰ ਕਹਿੰਦੀ ਆ ਜਦੋਂ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਫਸ ਜਾਂਦੀ ਆ ਤੇ ਕੀ ਇਹ ਕੋਈ ਕਾਰਵਾਈ ਕਰਨ ਦੇ ਮੂਡ ਦੇ ਵਿੱਚ ਵੀ ਆ ਜਾਂ ਇਸ ਕੇਸ ਨੂੰ ਵੀ ਉਸੇ ਤਰ੍ਹਾਂ ਇਹ ਦਬਾ ਦੇਊਗੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਸੂ ਮੋਟੋ ਨੋਟਿਸ ਲੇਤਾ ਜਿਸ ਤਰ੍ਹਾਂ ਨੂਹ ਦੇ ਵਿੱਚ ਜਿਸ ਤਰ੍ਹਾਂ ਗੜਗਾਉਂ ਦੇ ਵਿੱਚ ਲਗਾਤਾਰ ਬਲਡੋਜ਼ਰ ਚੱਲ ਰਿਹਾ ਸੀ ਔਰ ਆਪਾਂ ਨੂੰ ਪਤਾ ਪਿਛਲੇ ਕੁਝ ਸਮਿਆਂ ਦੇ ਵਿੱਚ ਬਲਡੋਜ਼ਰ ਆ ਜਿਹੜਾ ਚਲਾਉਣਾ ਉਹ ਕਿਸ ਦਾ ਪ੍ਰਤੀਕ ਆ ਕਿਉਂਕਿ ਇੰਡੀਅਨ ਐਕਸਪ੍ਰੈਸ ਤੇ ਟਾਈਮਜ਼ ਆਫ ਇੰਡੀਆ ਇਹ ਦੋਨੇ ਅੰਗਰੇਜ਼ੀ ਦੇ ਪ੍ਰਮੁੱਖ ਅਖਬਾਰ ਨੇ ਇਹਨਾਂ ਦੇ ਵਿੱਚ ਖਬਰਾਂ ਛਪੀਆਂ ਸੀ ਕਿ ਕਿਸ ਤਰ੍ਹਾਂ ਜਿਹੜੇ ਬਲਡੋਜ਼ਰ ਇੱਕ ਖਾਸ ਤਬਕੇ ਦੇ ਖਿਲਾਫ ਚੱਲ ਰਹੇ ਨੇ ਹਾਲਾਂਕਿ ਬਹਾਨਾ ਇਹ ਲਾਇਆ ਜਾ ਰਿਹਾ ਕਿ ਲੌਂਡ ਆਰਡਰ ਦੀ ਸਿਚੁਏਸ਼ਨ ਯਾ ਉਥੇ ਅਮਨ ਕਾਨੂੰਨ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਕਿਸ ਤਰ੍ਹਾਂ ਨੂਹ ਦੇ ਵਿੱਚ ਦੰਗੇ ਹੁੰਦੇ ਨੇ ਔਰ ਕਿਸ ਤਰ੍ਹਾਂ ਉਥੇ ਜਲੂਸ ਕੱਢਿਆ ਜਾਂਦਾ ਨੇ ਔਰ ਉਸ ਜਲੂਸ ਤੋਂ ਬਾਅਦ ਕਿਸ ਤਰ੍ਹਾਂ ਉਥੇ ਵਿਅਕਤੀਆਂ ਜਿਹੜੇ ਉਹਨਾਂ ਦੀ 6 ਵਿਅਕਤੀਆਂ ਦੀ ਮੌਤ ਹੁੰਦੀ ਆ ਔਰ 2 ਉਹਨਾਂ ਦੇ ਵਿੱਚ ਹੋਮ ਗਾਰਡ ਦੇ ਜਵਾਨ ਹੁੰਦੇ ਆ ਔਰ ਉਸ ਤੋਂ ਬਾਅਦ ਕਈ ਘਰਾਂ ਨੂੰ ਵੀ ਟਾਰਗੇਟ ਕੀਤਾ ਜਾਂਦਾ ਇਹ ਸਾਰੀਆਂ ਜਦੋਂ ਰਿਪੋਰਟਸ ਛਪੀਆਂ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੋ ਮੋਟੋ ਨੋਟਿਸ ਲੈ ਕੇ ਇਹਨਾਂ ਅਖਬਾਰਾਂ ਦਾ ਇਹਨਾਂ ਦੀਆਂ ਰਿਪੋਰਟਸ ਦਾ ਤੇ ਜਸਟਿਸ ਜੀਐਸ ਸੰਦੇਵਾਲੀਆ ਤੇ ਜਸਟਿਸ ਹਰਪ੍ਰੀਤ ਕੌਰ ਜੀਵਨ ਉਹਨਾਂ ਨੇ ਇਹ ਕਿਹਾ ਕਿ ਜਿੰਨੀ ਦੇਰ ਤੱਕ ਤੁਸੀਂ ਆਪਣਾ ਇੱਕ ਐਫੀਡੇਵਿਟ ਸਾਨੂੰ ਜਮਾ ਨਹੀਂ ਕਰਾਉਂਦੇ ਉਹਨਾਂ ਨੇ ਮਨੋਰ ਲਾਲ ਖੱਟਰ ਦੀ ਸਰਕਾਰ ਨੂੰ ਕਿਹਾ ਕਿ ਸਾਨੂੰ 11 ਅਗਸਤ ਤੱਕ ਪੂਰਾ ਐਫੀਡੇਵਿਟ ਦਿਓ ਕਿ ਜਿਹੜੀ ਤੁਸੀਂ ਕਾਰਵਾਈ ਕਰ ਰਹੇ ਹੋ ਕਿਤੇ ਤੁਸੀਂ ਆਈਡੈਂਟੀਫਾਈ ਕਰਕੇ ਜਾਂ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਕਿਸੇ ਖਾਸ ਤਬਕੇ ਦੇ ਖਿਲਾਫ ਤਾਂ ਨਹੀਂ ਕਾਰਵਾਈ ਕਰ ਰਹੇ ਇਹ ਗੱਲ ਵੀ ਇਸ ਕੋਰਟ ਨੇ ਕਹੀ ਆ ਕੀ ਕੇਵਲ ਮੁਸਲਮਾਨਾਂ ਦੇ ਘਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਕੀ ਇਹ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇ ਉਹਦੇ ਗਾਪ ਦੇ ਵਿੱਚ ਜਾਂ ਉਸ ਦੇ ਅਧੀਨ ਕਿਸੇ ਤਰ੍ਹਾਂ ਦਾ ਕੋਈ ਕੰਮ ਕੀਤਾ ਜਾ ਰਿਹਾ ਇਹ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੁੱਛਿਆ ਤੇ ਇਸ ਤੋਂ ਇਲਾਵਾ ਕੀ ਇਹ ਕੋਈ ਐਥਨਿਕ ਕਲਿੰਜ਼ਿੰਗ ਇਆ ਇੱਕ ਖਾਸ ਤਬਕੇ ਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਟਾਰਗੇਟ ਕਰਨ ਲਈ ਤਾਂ ਨਹੀਂ ਕੀਤਾ ਜਾ ਰਿਹਾ ਆਪਾਂ ਨੂੰ ਸਾਰਿਆਂ ਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਉੱਤਰ ਪ੍ਰਦੇਸ਼ ਦੇ ਵਿੱਚ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਮੱਧ ਪ੍ਰਦੇਸ਼ ਦੇ ਵਿੱਚ ਤੇ ਹੁਣ ਹਰਿਆਣੇ ਦੇ ਵਿੱਚ ਇਹ ਜਿਹੜਾ ਬੁਲਡੋਜ਼ਰ ਕਲਚਰ ਆ ਇਸ ਨੇ ਕਿਸ ਤਰ੍ਹਾਂ ਜਿਹੜੇ ਭਾਜਪਾ ਵਾਲੇ ਆ ਉਹ ਇਸ ਨੂੰ ਬਹੁਤ ਹੱਲਾਸ਼ੇਰੀ ਦਿੰਦੇ ਨੇ ਇਹਦੀ ਬੜੀ ਇੱਕ ਤਰ੍ਹਾਂ ਦੀ ਸਪੋਰਟ ਕਰਦੇ ਨੇ ਸਮਰਥਨ ਕਰਦੇ ਨੇ ਪਰ ਇਸ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਮੁਸਲਿਮ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ ਇਸ ਨੇ ਪੂਰੀ ਦੁਨੀਆ ਦੀ ਇਸ ਉੱਤੇ ਨਜ਼ਰ ਮਲਾਈ ਬਲਕਿ ਇਸ ਦੀ ਆਲੋਚਨਾ ਵੀ ਪੂਰੀ ਦੁਨੀਆ ਦੇ ਵਿੱਚ ਹੋਈ ਮੈਨੂੰ ਯਾਦ ਆ ਕਿਸ ਤਰ੍ਹਾਂ ਨਿਊ ਜਰਸੀ ਉੱਥੋਂ ਦਾ ਇੱਕ ਸ਼ਹਿਰ ਹੈ ਐਡੀਸਨ ਉੱਥੇ ਇੰਡੀਆ ਪੈਰੇਡ ਹੁੰਦੀ ਆ ਔਰ ਪਿਛਲੇ ਸਾਲ 15 ਅਗਸਤ ਦੇ ਵਿੱਚ ਜਦੋਂ ਇੰਡੀਆ ਪੈਰੇਡ ਇਹ ਸਾਰਾ ਪ੍ਰੋਸੀਸ਼ਨ ਕੱਢਿਆ ਜਾ ਰਿਹਾ ਸੀ ਅਮਰੀਕਾ ਦੇ ਵਿੱਚ ਉੱਥੇ ਇੱਕ ਝਾਕੀ ਇਸ ਤਰ੍ਹਾਂ ਸੀ ਜਿਸ ਉੱਤੇ योगी आदित्यनाथ ਜਿਹੜੇ ਯੂਪੀ ਦੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਲਾਤੀ ਬਲਡੋਜ਼ਰ ਉੱਤੇ ਤੇ ਬਲਡੋਜ਼ਰ ਜਦੋਂ ਉੱਥੇ ਘਮਾਇਆ ਗਿਆ ਤੇ ਬਾਅਦ ਦੇ ਵਿੱਚ ਜਦੋਂ ਉਸ ਦੀ ਬੜੀ ਆਲੋਚਨਾ ਹੋਈ ਉਦੋਂ ਤੇ ਦੋ ਸੈਨੇਟਰਸ ਨੇ ਉਹਨਾਂ ਨੇ ਵੀ ਆਲੋਚਨਾ ਕੀਤੀ ਤੇ ਫਿਰ ਇੰਡੀਅਨ ਡਾਇਸਪੋਰਾ ਜਿਹੜਾ ਉੱਥੇ ਵੱਸਦਾ ਜਿਹੜੇ ਨਾਗਰਿਕ ਨੇ ਉਹਨਾਂ ਨੇ ਇਸ ਗੱਲ ਉੱਤੇ ਮਾਫੀ ਮੰਗੀ ਸੀ ਕਿ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਜਿਹੜਾ ਬਿਲਡੋਜ਼ਰ ਆ ਇਹ ਇੱਕ ਤਰ੍ਹਾਂ ਦਾ ਨਫ਼ਰਤ ਦਾ ਪ੍ਰਤੀਕ ਆ ਇੱਕ ਖਾਸ ਭਾਈਚਾਰੇ ਦੇ ਖਿਲਾਫ ਨਫ਼ਰਤ ਕਿਸ ਤਰ੍ਹਾਂ ਫਲਾਉਣੀ ਆ ਇਹ ਉਸ ਦਾ ਪ੍ਰਤੀਕ ਆ ਸੋ ਇਸ ਕਰਕੇ ਉਹਨਾਂ ਨੇ ਮਾਫੀ ਮੰਗੀ ਸੀ ਸੋ ਹੁਣ ਦੇਖਦੇ ਆ ਕਿ 11 ਤਰੀਕ ਤੱਕ ਜਾਂ 11 ਅਗਸਤ ਤੱਕ ਕਿਸ ਤਰ੍ਹਾਂ ਦਾ ਇਹ ਐਫੀਡੇਵਿਟ ਦਿੰਦੇ ਨੇ ਵੈਸੇ ਮੈਂ ਮਨੋਰ ਲਾਲ ਖੱਟਰ ਦੀ ਉਸ ਗੱਲ ਤੋਂ ਵੀ ਬੜਾ ਹੈਰਾਨ ਆ ਜਦੋਂ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਪੱਤਰਕਾਰਾਂ ਨੇ ਪੁੱਛਿਆ ਮਨੋਰ ਲਾਲ ਖੱਟਰ ਤੋਂ ਕਿ ਤੁਹਾਡੇ ਇੱਥੇ ਦੰਗੇ ਹੋ ਰਹੇ ਨੇ ਤੁਹਾਨੂੰ ਸਾਰੀ ਸੂਚਨਾ ਪਹਿਲਾਂ ਸੀ ਤੁਹਾਡੇ ਇੱਕ ਇਨਸਪੈਕਟਰ ਨੇ ਇਸ ਦੀ ਸਾਰੀ ਰਿਪੋਰਟ ਬਣਾ ਕੇ ਭੇਜੀ ਸੀ ਤੇ ਤੁਸੀਂ ਆਪਣੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਿਉਂ ਨਹੀਂ ਕਰ ਰਹੇ ਤੇ ਫਿਰ ਮਨੋਰ ਲਾਲ ਖੱਟਰ ਨੇ ਇਹ ਗੱਲ ਕਹੀ ਸੀ ਕਹਿੰਦੇ ਅਸੀਂ ਤਾਂ ਹਰ ਇੱਕ ਵਿਅਕਤੀ ਨੂੰ ਸਿਕਿਉਰਿਟੀ ਨਹੀਂ ਦੇ ਸਕਦੇ ਅਸੀਂ ਤਾਂ ਹਰ ਇੱਕ ਵਿਅਕਤੀ ਦੀ ਜਾਨ ਮਾਲ ਦੀ ਰੱਖਿਆ ਨਹੀਂ ਕਰ ਸਕਦੇ ਤੇ ਫੇਰ ਮਨੋਰ ਲਾਲ ਖੱਟਰ ਨੂੰ ਇਸ ਅਹੁਦੇ ਤੇ ਬਣੇ ਰਹਿਣ ਦਾ ਮੈਨੂੰ ਤਾਂ ਲੱਗਦਾ ਨਹੀਂ ਕਿਸੇ ਤਰ੍ਹਾਂ ਦਾ ਕੋਈ ਹੱਕ ਤਾਂ ਜਿਹੜਾ ਵਿਅਕਤੀ ਜਿਹੜਾ ਖੁਦ ਮੁੱਖ ਮੰਤਰੀ ਹੋਵੇ ਖੁਦ ਜੇ ਜੀ ਇੰਨੀ ਸਿਕਿਉਰਿਟੀ ਹੋਵੇ ਤੇ ਉਹ ਲੋਕਾਂ ਨੂੰ ਇਹ ਕਹਿ ਰਿਹਾ ਹੋਵੇ ਕਿ ਅਸੀਂ ਤਾਂ ਤੁਹਾਡੀ ਜਾਨ ਮਾਲ ਦੀ ਰੱਖਿਆ ਨਹੀਂ ਕਰ ਸਕਦੇ ਤੇ ਫੇਰ ਇਸ ਤਰ੍ਹਾਂ ਦੀ ਸਰਕਾਰਾਂ ਤੋਂ ਲੈਣਾ ਕੀ ਹੈ ਕਿ ਮਨੀਪੁਰ ਦਾ ਜਿਹੜਾ ਮੁੱਖ ਮੰਤਰੀ ਹੈ ਐਨ ਬ੍ਰੇਨ ਸਿੰਘ ਉਹ ਵੀ ਇਹੀ ਗੱਲ ਕਰ ਰਿਹਾ ਇਸੇ ਤਰ੍ਹਾਂ ਮਨੋਰ ਲਾਲ ਖੱਟੜ ਵੀ ਇਸੇ ਤਰ੍ਹਾਂ ਦੀ ਗੱਲ ਕਰ ਰਹੇ ਆ ਕੇਂਦਰ ਸਰਕਾਰ ਪਾਰਲੀਮੈਂਟ ਦੇ ਵਿੱਚ ਜਾ ਕੇ ਇਹਨਾਂ ਉੱਤੇ ਕਿਸੇ ਤਰ੍ਹਾਂ ਦੀ ਗੱਲ ਨਹੀਂ ਕਰਨਾ ਚਾਹੁੰਦੇ ਤੇ ਹੋ ਕੀ ਰਿਹਾ ਇਹ ਸਾਰੀਆਂ ਸਰਕਾਰਾਂ ਆਪਣੀ ਮਨਮਾਨੀ ਕਰਨੀਆਂ ਨੇ ਤੇ ਇਸ ਤਰ੍ਹਾਂ ਕਹਿ ਰਹੀਆਂ ਨੇ ਕਿ ਸਾਡੀ ਤਾਂ ਕੋਈ ਜ਼ਿੰਮੇਵਾਰੀ ਨਹੀਂ ਹੈ ਤੁਸੀਂ ਦੇਖੋ ਇਹਨਾਂ ਦੇ ਇੱਕ ਕੇਂਦਰ ਦੇ ਮੰਤਰੀ ਨੇ ਰਾਓ ਇੰਦਰਜੀਤ ਸਿੰਘ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਦੋਂ ਵਿਸ਼ਵ Hindu ਪ੍ਰਿਸ਼ਦ ਯਾ ਬਜਰੰਗਦਲ ਨੇ ਉਹ ਪ੍ਰੋਸੈਸ਼ਨ ਕੱਢੇ ਸੀ ਉਹਨਾਂ ਨੂੰ ਹਥਿਆਰ ਕਿਹਨੇ ਦਿੱਤੇ ਸੀ ਜਿਹੜੀ ਸ਼ੋਭਾ ਯਾਤਰਾ ਉਹਨਾਂ ਨੇ ਕੱਢੀ ਸੀ ਨੂਹ ਦੇ ਵਿੱਚ 31 ਜੁਲਾਈ ਨੂੰ ਉਹਨਾਂ ਨੂੰ ਹਥਿਆਰ ਕਿਹਨਾਂ ਨੇ ਦਿੱਤੇ ਸੀ ਤਲਵਾਰਾਂ ਲਾਟੀਆਂ ਇਹ ਸਾਰਾ ਕੁਝ ਸੋ ਇਸ ਕਰਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਇਸ ਉੱਤੇ ਇੱਕ ਤਰ੍ਹਾਂ ਦਾ ਸੂ ਮੋਟੋ ਨੋਟਿਸ ਲੈਣਾ ਇਹਨਾਂ ਅਖਬਾਰਾਂ ਦੀਆਂ ਰਿਪੋਰਟਸ ਤੇ ਵਾਕਿਆ ਮੈਨੂੰ ਲੱਗਦਾ ਇਹ ਠੀਕ ਕਦਮਾ ਤਾਂ ਕਿ ਪਤਾ ਲੱਗੇਗਾ ਕੀ ਹਰਿਆਣਾ ਸਰਕਾਰ ਹੁਣ ਆਪਣੇ ਐਫੀਡੇਵਿਟ ਦੇ ਵਿੱਚ ਕੀ ਕੁਝ ਕਹਿੰਦੀ ਹੈ ਸੁਪਰੀਮ ਕੋਰਟ ਭਾਰਤ ਦੀ ਸਿਖਰਲੀ ਅਦਾਲਤ ਨੇ ਬੀਤੇ ਸੋਮਵਾਰ ਮਨੀਪੁਰ ਦੇ ਡੀਜੀਪੀ ਰਾਜੀਵ ਸਿੰਘ ਨੂੰ ਤਲਬ ਕੀਤਾ ਸੀ ਉਹ ਪਹੁੰਚ ਗਏ ਔਰ ਉਹਨਾਂ ਤੋਂ ਤਮਾਮ ਜਾਣਕਾਰੀ ਲਈ ਕਿ ਤੁਸੀਂ ਕਰ ਕੀ ਰਹੇ ਹੋ ਹੁਣ ਤਾਂ ਲਗਭਗ ਸਾਢੇ 3 ਮਹੀਨੇ ਹੋ ਗਏ ਆ ਔਰ ਵਾਇਲੈਂਸ ਦੀਆਂ ਜਿਹੜੀਆਂ ਘਟਨਾਵਾਂ ਨੇ ਜਾਂ ਹਿੰਸਾ ਦੀਆਂ ਘਟਨਾਵਾਂ ਹਜੇ ਵੀ ਉਥੋਂ ਰਿਪੋਰਟ ਹੋ ਰਹੀਆਂ ਨੇ ਪਰ ਇਸੇ ਦੌਰਾਨ ਸੁਪਰੀਮ ਕੋਰਟ ਜਿਸ ਬੈਂਚ ਨੂੰ ਲੀਡ ਕਰ ਰਹੀ ਸੀ ਭਾਰਤ ਦੇ ਚੀਫ ਜਸਟਿਸ ਡੀワイ ਚੰਦਰਚੂੜ ਨਾਲ ਉਹਨਾਂ ਦੇ ਜਸਟਿਸ ਜੀਬੀ 파ਰਦੀਵਾਲਾ ਤੇ ਨਾਲ ਹੀ ਉਹਨਾਂ ਦੇ ਜਸਟਿਸ ਮਨੋਜੋਸ਼ੀ ਇਸ ਬੈਂਚ ਨੇ ਹੁਣ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਜਾਂ ਪੈਨਲ ਬਣਾ ਦਿੱਤਾ ਇਹ ਸਾਰੇ ਰਿਟਾਇਰਡ ਜਜਸ ਨੇ ਔਰ ਸਾਰੀਆਂ ਮਹਿਲਾ ਇਹ ਤੁਸੀਂ ਕਹਿ ਸਕਦੇ ਨੇ ਔਰਤਾਂ ਨੇ ਜਿਹੜੀਆਂ ਜਜੇਸ ਸੀ ਰਿਟਾਇਰ ਹੋ ਚੁੱਕੀਆਂ ਸੀ ਉਹਨਾਂ ਦਾ ਇੱਕ ਪੈਨਲ ਬਣਾਇਆ ਇਹਦੇ ਵਿੱਚ ਜੰਮੂ ਕਸ਼ਮੀਰ ਦੇ ਚੀਫ ਜਸਟਿਸ ਜਿਹੜੇ ਗੀਤਾ ਮਿੱਤਲ ਇੱਕ ਤਾਂ ਉਹਨਾਂ ਨੂੰ ਪਾਇਆ ਗਿਆ ਉਹਨਾਂ ਦੇ ਅਧੀਨ ਇਹ ਪੈਨਲ ਬਣਾਇਆ ਗਿਆ ਇਹ ਦਸੰਬਰ ਮਹੀਨੇ ਦੇ ਵਿੱਚ ਸਨ 2020 ਦੇ ਵਿੱਚ ਰਿਟਾਇਰ ਹੋ ਗਏ ਸੀ ਇਸੇ ਤਰ੍ਹਾਂ ਸ਼ਲਨੀ ਜੋਸ਼ੀ ਇਹ ਬੰਬੇ ਹਾਈ ਕੋਰਟ ਦੇ ਵਿੱਚ ਸੀ ਜੱਜ ਸੀ ਉੱਥੇ ਉਥੋਂ ਇਹ ਰਿਟਾਇਰ ਹੋਏ ਨੇ ਫਰਵਰੀ ਸਨ 2019 ਦੇ ਵਿੱਚ ਇਸੇ ਤਰ੍ਹਾਂ ਤੀਸਰੇ ਜੱਜ ਨੇ ਆਸ਼ਾ ਮੈਨਨ ਇਹ ਦਿੱਲੀ ਹਾਈ ਕੋਰਟ ਦੇ ਵਿੱਚੋਂ ਸਤੰਬਰ ਸਨ 2022 ਦੇ ਵਿੱਚ ਰਿਟਾਇਰ ਹੋਏ ਸੀ ਇਹਨਾਂ ਦਾ ਪੈਨਲ ਬਣਾ ਦਿੱਤਾ ਗਿਆ ਕਿ ਜਿੰਨੀਆਂ ਤਫਤੀਸ਼ਾਂ ਹੋਣਗੀਆਂ ਇਨਵੈਸਟੀਗੇਸ਼ਨਸ ਹੋਣਗੀਆਂ ਉਸ ਦੀ ਦੇਖਰੇਖ ਇਹ ਕਰਨਗੀਆਂ ਇਹ ਤਿੰਨੇ ਲੇਡੀ ਜੱਜਿਸ ਕਰਨਗੀਆਂ ਔਰ ਇਸ ਤੋਂ ਇਲਾਵਾ ਕੀ ਜਿਹੜੀ ਮੁੜ ਸਥਾਪਨਾ ਹੋ ਰਹੀ ਹੈ ਜਾਂ ਰੀਹੈਬਿਲੀਟੇਸ਼ਨ ਜਿਹਨੂੰ ਆਪਾਂ ਕਹਿ ਰਹੇ ਹਾਂ ਉਹ ਠੀਕ ਹੋ ਰਹੀ ਹੈ ਕੀ ਲੋਕਾਂ ਨੂੰ ਪ੍ਰੋਪਰ ਜਿਹੜਾ ਹੈ ਉਹ ਰਾਹਤ ਮਿਲ ਰਹੀ ਹੈ ਰੀਲੀਫ ਮਿਲ ਰਿਹਾ ਸਰਕਾਰਾਂ ਤੋਂ ਜਿਹੜਾ ਕਿ ਉਹਨਾਂ ਦੀ ਬੁਨਿਆਦੀ ਜਿਹੜੀ ਕਿ ਜ਼ਿੰਮੇਵਾਰੀ ਹੈ ਉਹਨਾਂ ਦੀ ਇਸ ਉੱਤੇ ਵੀ ਇਹ ਨਜ਼ਰ ਰੱਖਣ ਗਿਆ ਤੇ ਇੱਕ ਹੋਰ ਰਿਟਾਇਰਡ ਆਈਪੀਐਸ ਅਫਸਰ 1982 ਦੇ ਰਿਟਾਇਰਡ ਆਈਪੀਐਸ ਅਫਸਰ ਨੇ ਮਹਾਰਾਸ਼ਟਰ ਦੇ ਵਿੱਚ ਇਹ ਡੀਜੀਪੀ ਰਹੇ ਨੇ ਮੁੰਬਈ ਦੇ ਪੁਲਿਸ ਕਮਿਸ਼ਨਰ ਰਹੇ ਨੇ ਦਤਾਤਰੇ ਪਦਸ਼ਾਲਗੀਕਰ ਦਤਾਤਰੇ ਪਦਸ਼ਾਲਗੀਕਰ ਨੋ ਇਹਨਾਂ ਨੇ ਬੁਲਾ ਲਿਆ ਹਾਲਾਂਕਿ ਉਹ ਰਿਟਾਇਰ ਹੋ ਚੁੱਕੇ ਸੀ ਤੇ ਇਹਨਾਂ ਨੂੰ ਕਿਹਾ ਕਿ ਤੁਸੀਂ ਹੁਣ ਜਾਂਚਾਂ ਦੀ ਜਿਹੜੀ ਜਿੰਨੀਆਂ ਜਾਂਚਾਂ ਹੋਣਗੀਆਂ ਉਸ ਉੱਤੇ ਨਜ਼ਰ ਤੁਸੀਂ ਵੀ ਰੱਖੋਗੇ ਔਰ ਇਹ ਜਿਹੜੀ ਨਜ਼ਰ ਆ ਉਹ ਸਾਰੀ ਦੀ ਸਾਰੀ ਇਹ ਰਿਪੋਰਟ ਇਹਦੀ ਨਿਗਰਾਨੀ ਹੈ ਜਿਹੜੀ ਉਹ ਤੁਸੀਂ ਸੁਪਰੀਮ ਕੋਰਟ ਨੂੰ ਦੋਹੋਂਗੇ ਹਾਲਾਂਕਿ ਕੇਂਦਰ ਸਰਕਾਰ ਨੇ ਬੜੀ ਕੋਸ਼ਿਸ਼ ਕੀਤੀ ਕਿ ਸਾਰੇ ਮਾਮਲੇ ਸੀਬੀਆਈ ਨੂੰ ਦੇ ਦਿੱਤੇ ਜਾਣ ਪਰ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਸਦੇ ਮਾਮਲੇ ਨਹੀਂ ਦਿੱਤੇ ਜੇ ਸੀਬੀਆਈ ਕੋਈ ਇਨਵੈਸਟੀਗੇਸ਼ਨ ਕਰੋਗੀ ਵੀ ਜੇ ਕਿਸੇ ਤਰ੍ਹਾਂ ਦੀ ਤਫਤੀਸ਼ ਕਰੋਗੀ ਵੀ ਇਹਨਾਂ ਮਾਮਲਿਆਂ ਦੇ ਵਿੱਚ ਤਾਂ ਉਹ ਸਾਰੀ ਦੀ ਸਾਰੀ ਇਹ ਜਿਹੜੀ ਤਫਤੀਸ਼ ਦੀ ਰਿਪੋਰਟ ਇਸ ਪੈਨਲ ਨੂੰ ਦਊਗੀ ਨਾ ਕਿ ਉਹ ਸਿੱਧਾ ਕਿਸੇ ਹੋਰ ਏਜੰਸੀ ਨੂੰ ਜਾਂ ਕਿਸੇ ਹੋਰ ਅਧਿਕਾਰੀ ਨੂੰ ਰਿਪੋਰਟ ਕਰੇਗੀ ਚੰਗੀ ਗੱਲ ਆ ਪਰ ਇੱਕ ਗੱਲ ਇਹਦੇ ਵਿੱਚ ਬਾਰ-ਬਾਰ ਆਉਂਦੀ ਹੈ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਗੱਲ ਦੱਸੀ ਤੇ ਹੁਣ ਸੁਪਰੀਮ ਕੋਰਟ ਦੀ ਕੀ ਸਰਕਾਰਾਂ ਫੇਰ ਸਵਾਲ ਉਹੀ ਖੜਾ ਹੁੰਦਾ ਕਿ ਜਿਹੜੀਆਂ ਸਰਕਾਰਾਂ ਲੋਕਾਂ ਨੇ ਚੁਣੀਆਂ ਸੀ ਮਨੀਪੁਰ ਦੀ ਸਰਕਾਰ ਹਰਿਆਣਾ ਦੀ ਸਰਕਾਰ ਕੇਂਦਰ ਦੀ ਸਰਕਾਰ ਕੀ ਆਪਣੇ ਜ਼ਿੰਮੇਵਾਰੀ ਤੋਂ ਭੱਜ ਗਈਆਂ ਨੇ ਆਪਣੇ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਫੇਲ ਹੋ ਗਈਆਂ ਨੇ ਤਾਂ ਹੀ बार-बार ਹਾਈ ਕੋਰਟ ਜਾਂ ਸੁਪਰੀਮ ਕੋਰਟ ਨੂੰ ਦਖਲ ਦੇਣਾ ਪੈ ਰਿਹਾ ਨਹੀਂ ਤਾਂ ਅਦਰਵਾਈਜ਼ ਤੁਸੀਂ ਦੇਖੋ ਕੋਰਟਸ ਦੀ ਇਹ ਜ਼ਿੰਮੇਵਾਰੀ ਨਹੀਂ ਕਿ ਉਹ ਸਰਕਾਰਾਂ ਕਿਸ ਤਰ੍ਹਾਂ ਚਲਾਉਣ ਨਾ ਹੀ ਕੋਰਟਸ ਨੇ ਚਾਹੇ ਉਹ ਹਾਈ ਕੋਰਟ ਹੋਵੇ ਤੇ ਚਾਹੇ ਉਹ ਸੁਪਰੀਮ ਕੋਰਟ ਨੇ ਸਰਕਾਰਾਂ ਚਲਾਉਣੀਆਂ ਹੁੰਦੀਆਂ ਇਹ ਕੰਮ ਸਾਰੇ ਦੇ ਸਾਰੇ ਜ਼ਿੰਮੇਵਾਰੀ ਚੁਣੀਆਂ ਹੋਈਆਂ ਸਰਕਾਰਾਂ ਦੀਆਂ ਨੇ ਪਰ ਕਿਉਂਕਿ ਸਰਕਾਰਾਂ ਆਪਣੀ ਜ਼ਿੰਮੇਵਾਰੀ ਨਿਭਾ ਨਹੀਂ ਰਹੀਆਂ ਤੇ ਸ਼ਾਇਦ ਇਸੇ ਕਰਕੇ ਕੋਰਟਸ ਨੂੰ ਹੁਣ ਫਾਈਨਲੀ ਦਖਲ ਦੇਣਾ ਪੈ ਰਿਹਾ ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ ਮੈਂ ਮਨਪ੍ਰੀਤ ਰੰਦਾਵਾ